पिंड च सारियां गलियां गुलियां तकरीबन बन गईयां। पहला कोई गली नहीं सी बनी हुई, हूँ बन गई तरीबन एक दो रह गई। बस और कोई खास काम नहीं ना पिंड का होया। आंगनवाड़ी का चल रहा मेन कारण यह है कि सरकार ने ध्यान दें PWD अंडर है। कर्मवीर सिंह घूमन को कहा दो तीन बारी, वो कहते पहल के आधार पर बनावे। हूँ पिछले जो भी आए थे उन्होंने ये भी बेनती की, वो कहते भी जल्दी बन जाएगी। हूँ यह नहीं पता भी कदों बनती है कदों नहीं, क्योंकि PWD अंदर है करवानी इन्होंने हैगी है। मेन कारण यह है कि इस वेले जी प्रॉब्लम है सरपंच वास्ते, लोग काम नहीं होने देंगे। हूँ पिंड का छप्पड़ तो छप्पड़ पानी पाने की कोशिश की गई तो जड़ी कड़ा दिता गया, पार्टीबाजी बनी हुई हैगी है। दूसरा यह है कि हूँ मैं मेन दसना नहीं चाहता कि ऐसी सरपंच होने करके दुनिया जी है लगती है काम नहीं होने देती है। सत श्री अकाल जी। की नाम अपना? मौजूदा सरपंच सुरजीत कौर सगला। सगला तो ही सरपंच फर्स्ट टाइम बने हो? हाँ जी फर्स्ट टाइम बने। हफ्ता नहीं खड़े हुए? इलेक्शन हुई थी या सहमति हुई थी? सहमति आई थी। वैसे तो आधे पेंट दिए वोटा के नहीं है वो 800 करीब 800 लगे तकरीबन। हाँ जी। ओके तो आधे बारी सहमति हुई है या मतलब कि पहला भी सहमति होती है? साड़ी उस तरह से याद की हुई पहली बारी, मतलब पहला इलेक्शन ही होती है? इलेक्शन ही होती रही ताड़े बराबर कोई खड़ा होने वाला है नहीं सी या वैसे बराबर खड़े सीगे, पर फिर भी उन्होंने सानू पहल देती पर नहीं पहल देती। ठीक है ते केड़े एमएलए साहब तुम्हारे नाल सहयोग करते हैं? घुमन करमवीर सिंह घुमन। अच्छा ये दसो जी मैडम सब तो पहला अपने बारे कि तुम सरपंची क्यों ले, यहाँ कारण की सी? मोटी कमाई हो जाती है सेवा भावना? नहीं जी सेवा भावना ही है जी। हुण तक फिर कि सेवा की पिंड च? पिंड च सारिया गलियां गुलियां तकरीबन बन गई। पहला कोई गली नहीं सी बनी हुई, हूँ बन गई तरीबन एक दो रह गई। ओके और आंगनवाड़ी का चल रहा शमशान घाट? शमशान घाट का वो साढ़े अधीन नहीं है, उन्होंने आप ही पिंड मूहरे होके किया। मतलब पिंड की जनता ने? हाँ जी। NRI ने? NRI इधर रल मिल के कर रहे हैं। NRI कर दे पंचायतों ने भी सहयोग देंदे है कि नहीं? अपने हथी ला रहे, सानू नहीं कोई ये बचेगा। ओके 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 ओके। पिंड ਦੇ ਵਿੱਚ ਲਾਈਟਸ ਵਗੈਰਾ? ਲਾਈਟਸ ਵਗੈਰਾ ਲਗਾਈਆਂ ਜਦੋਂ ਅਸੀਂ ਬਣੇ ਸਰਪੰਚ। ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਮੇਰੀ ਮੈਟ੍ਰਿਕ ਆ। ਮੈਟ੍ਰਿਕ ਕਿੱਥੇ ਹੋਈ ਹੈ? ਹਾਂਜੀ ਠੀਕ ਹੈ। ਮੈਂ ਤਾਂ ਸੰਤੁਸ਼ਟ ਹਾਂ ਆਪਣੇ ਕੰਮਾਂ ਤੋਂ। ਸੰਤੁਸ਼ਟ ਆ ਵਾ ਹੈ ਤਾਂ ਕਹਿੰਦੇ ਜਲਦੀ ਜਲਦੀ ਖਤਮ ਹੋਵੇ ਅਸੀਂ ਛੱਡੀਏ ਇਹਨੂੰ। ਛੱਡੀਏ ਮਤਲਬ ਛੱਡਣ ਦਾ ਰੀਜ਼ਨ ਕੀ? ਹੱਥ ਖੜੇ ਹੋ ਗਏ? ਹੱਥ ਖੜੇ ਨੇ, ਮੈਂ ਪਬਲਿਕ ਤੰਗ ਬਹੁਤ ਕਰਦੀ ਆ। ਤੁਹਾਨੂੰ ਕੀ ਲੱਗਦਾ ਕਿਸ ਕਾਰਨ ਤੋਂ, ਕੀ ਕਾਰਨ ਇਹੋ ਜਿਹਾ ਜਿਹੜਾ ਤੁਹਾਨੂੰ ਲੱਗਦਾ ਕਿ ਪਬਲਿਕ ਤੰਗ ਕਰਦੀ ਹੈ ਕਿ ਛੱਡਣ ਨੂੰ ਫਿਰਦੇ ਆ? ਛੱਡਣ ਨੂੰ ਫਿਰਦੇ, ਜਿੱਦ ਮਾਮਲਾ ਕਰਦੇ ਪਿੰਡ 'ਚ ਧੜੇ ਵੱਜੇ ਹੋਏ ਨੇ। ਕੋਈ ਕਹਿੰਦਾ ਆਹ ਕੰਮ ਕਰਾਓ, ਕੋਈ ਕਹਿੰਦਾ ਇੱਦਾਂ ਕਰਾਓ। ਜਿਹੜਾ ਕੰਮ ਸ਼ੁਰੂ ਕਰਦੇ ਉਹਦੇ ਵਿੱਚ ਪਹਿਲਾਂ ਹੀ ਉਹ ਕਹਿ ਦਿੰਦੇ ਇੱਦਾਂ ਨਹੀਂ ਤਾਂ ਇੱਦਾਂ ਹੋਣਾ ਚਾਹੀਦਾ ਆ। ਓਕੇ ਅਤੇ ਪਿੰਡ ਦੇ ਵਿੱਚ ਸਿਲਾਈ ਸੈਂਟਰ ਵਗੈਰਾ ਹੈਗਾ? ਨਹੀਂ ਕੋਈ ਨਹੀਂ ਹੈਗਾ। ਜਿੰਮ? ਜਿੰਮ ਵੀ ਕੋਈ ਨਹੀਂ। ਗਰਾਊਂਡ? ਗਰਾਊਂਡ ਕੋਈ ਨਹੀਂ, ਸਕੂਲ 'ਚ ਹੀ ਹੈ। ਕਮਿਊਨਿਟੀ ਹਾਲ? ਨਹੀਂ ਕੋਈ ਨਹੀਂ। ਕੋਈ ਨਹੀਂ ਹੈਗਾ। ਹਾਂਜੀ। ਅਤੇ 6 ਮਹੀਨੇ ਤੁਹਾਡੇ ਤੋਂ ਪਏ ਆ ਇਸ ਵੇਲੇ, ਟਾਰਗੇਟ ਕੀ ਲੈ ਕੇ ਚੱਲੇ ਹੋਏ ਆ ਕਿ ਕਿਹੜਾ ਕੰਮ ਕਰਵਾਉਣਾ ਚਾਹੁੰਦੇ ਤੁਸੀਂ? ਜਿਹੜਾ ਰਹਿ ਗਲੀਆਂ ਦੋ ਕੁ ਰਹਿ ਗਈਆਂ ਅਸੀਂ ਕਹਿੰਦੇ ਚੱਲ ਇਹ ਬਣ ਜਾਣ, ਠੀਕ ਆ ਕੋਈ ਗ੍ਰਾਂਟ ਆ ਜਾਵੇ ਤਾਂ। ਮੰਗ ਕੀ ਰੱਖਣਾ ਚਾਹੁੰਦੇ ਹੋ? ਮੰਗ ਅਸੀਂ ਕੁਛ ਨਹੀਂ ਰੱਖਣਾ ਚਾਹੁੰਦੇ। ਤੁਹਾਨੂੰ ਕੀ ਲੱਗਦਾ ਪੂਰੀ ਹੋਣੀ ਨਹੀਂ? ਨਹੀਂ ਅਸੀਂ ਇੰਨੇ ਇਸ ਗੱਲ 'ਚ ਹੈਗੇ ਕਿਉਂਕਿ ਪਿੰਡ ਜਿਹੜਾ ਇਹ ਹੋਰ ਤਰ੍ਹਾਂ ਦਾ ਹੈਗਾ ਆ ਥੋੜ੍ਹਾ ਜਿਹਾ। ਤੁਹਾਡੇ ਨਾਲ ਕਿੰਨੇ ਮੈਂਬਰ ਜੁੜੇ ਹੋਏ? ਮੈਂਬਰ ਪੰਚਾਇਤ ਮੈਂਬਰ 5 ਮੈਂਬਰ। ਤੁਹਾਡੇ ਨਾਲ ਕਿੰਨੇ ਤੁਰਦੇ ਆ? ਤੁਰਨ ਨੂੰ ਤਾਂ ਤਕਰੀਬਨ ਕਹਿ ਲੈ ਸਾਰੇ ਤੁਰ ਪੈਂਦੇ ਆ ਤਕਰੀਬਨ। ਹਾਂਜੀ ਠੀਕ ਹੈ। ਪਿੰਡ ਦੇ ਵਿੱਚ ਜਦੋਂ ਕੰਮ ਕਾਰ ਕਰਦੇ ਆ ਸ਼ੁਰੂ ਕਰਦੇ ਆ? ਹਾਂਜੀ। ਅਤੇ ਅੜਿੱਕਾ ਪਾਉਣ ਵਾਲਾ ਕਿਹੜਾ ਬੰਦਾ? ਅੜਿੱਕਾ ਇੱਦਾਂ ਹੀ ਚੱਲਦਾ ਰਹਿੰਦਾ ਕੋਈ ਨਾ ਕੋਈ। ਹੁਣ ਚਲੋ ਤੁਹਾਡੇ ਹਸਬੈਂਡ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ, ਹੈ ਨਾ? ਹਾਂਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਠਾਕ ਆ ਜੀ, ਠੀਕ ਆ। ਕੀ ਨਾਮ ਸਰ ਆਪਣਾ? ਮੇਰਾ ਨਾਮ ਸੰਤੋਖ ਸਿੰਘ ਸਰ। ਸੰਤੋਖ ਸਿੰਘ। ਸੰਤੋਖ ਦਾ ਨਾਮ ਕੀ ਹੈ? ਪਿੰਡ ਸੱਗਲ। ਆਪਣੇ ਸਰ ਪਿੰਡ ਦਾ ਇਤਿਹਾਸ ਵੀ ਹੈਗਾ ਜਾਂ ਵੈਸੇ ਹੀ ਨੋਰਮਲ? ਨਹੀਂ ਨੋਰਮਲ ਹੀ ਆ, ਨੋਰਮਲ ਹੀ ਆ। ਓਕੇ। ਅੱਛਾ ਸਰ, ਤੁਹਾਡੇ ਪਿੰਡ ਦੇ ਵਿੱਚ ਕੁਝ ਕਮੀਆਂ ਪੇਸ਼ੀਆਂ ਦੇਖੀਆਂ ਗਈਆਂ? ਜੀ ਜੀ ਜੀ। ਅਤੇ ਉਹਦਾ ਤੁਸੀਂ ਸਪਸ਼ਟੀਕਰਨ ਕਰਨ ਦਾ ਮੇਨ ਕਾਰਨ ਕੀ ਹੈ? ਜੀ 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 ਜੀ। ਜਿਵੇਂ ਕਿ ਤੁਹਾਡੇ ਪਿੰਡ ਦੀ ਫਿਰਨੀ
ਗਲੀ ਸੜਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਮੇਨ ਜਿਹੜੇ ਹਾਲਾਤ ਬਹੁਤ ਮਾੜੇ ਆ ਪਿਛਲੇ 9-10 ਸਾਲਾਂ ਤੋਂ ਜੀ ਜੀ ਜੀ, ਤੁਹਾਨੂੰ ਕੀ ਲੱਗਦਾ ਉਹਦਾ ਮੇਨ ਕਾਰਨ ਕੀ ਆ? ਮੇਨ ਕਾਰਨ ਇਹ ਆ ਵੀ ਸਰਕਾਰਾਂ ਨੇ ਧਿਆਨ ਦਿੰਦੀਆਂ ਪੀ ਡਬਲਯੂ ਡੀ ਦੇ ਅੰਡਰ ਹੈ। ਕਰਨਵੀਰ ਸਿੰਘ ਘੁੰਮਣ ਨੂੰ ਕਿਹਾ 2-3 ਵਾਰੀ, ਉਹ ਕਹਿੰਦੇ ਪਹਿਲ ਦੇ ਆਧਾਰ 'ਤੇ ਬਣਾਵਾਂਗੇ। ਹੁਣ ਪਿੱਛੇ ਜੇ ਵੀ ਆਏ ਸੀ ਉਹਨਾਂ ਨੂੰ ਫਿਰ ਵੀ ਬੇਨਤੀ ਕੀਤੀ ਸੀ, ਉਹ ਕਹਿੰਦੇ ਵੀ ਜਲਦੀ ਬਣ ਜਾਏਗੀ। ਹੁਣ ਇਹ ਨਹੀਂ ਪਤਾ ਵੀ ਕਦੋਂ ਬਣਦੀ ਹੈ ਕਦੋਂ ਨਹੀਂ, ਕਿਉਂਕਿ ਪੀ ਡਬਲਯੂ ਡੀ ਦੇ ਅੰਦਰ ਕਰਾਉਣੀ ਇਹਨਾਂ ਨੇ ਹੈਗੀ ਆ। ਕਿੰਨੇ ਟਾਈਮ ਪਹਿਲਾਂ ਤੁਸੀਂ ਕਰਮਵੀਰ ਸਿੰਘ ਘੁੰਮਣ ਕੋਲ ਗਏ ਸੀ ਇਸ ਮਸਲੇ ਨੂੰ ਲੈ ਕੇ? ਇਸ ਮਸਲੇ ਨੂੰ ਅਸੀਂ ਲੈ ਕੇ 2 ਵਾਰੀ ਜਾ ਚੁੱਕੇ ਹਾਂ। ਇੱਕ ਵਾਰੀ ਤਾਂ ਉਹਨਾਂ ਦੇ ਘਰ ਹੀ ਗਏ ਸੀ ਸੜਕ ਬਾਰੇ, ਦੂਸਰਾ ਉਹ ਪਿੰਡ ਆਏ ਸੀ ਇੱਕ ਵਾਰੀ ਤਾਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸੜਕ ਦਾ ਮੇਨ ਕੰਮ ਕਰਾਇਆ ਜਾਵੇ, ਪਰ ਅਜੇ ਤੁਹਾਡੀ ਕੋਈ ਉਪਰਾਲਾ ਨਹੀਂ ਦੀਦਾ ਹੈਗਾ। ਕਹਿੰਦੇ ਹੈ ਵੀ ਬਣ ਜਾਏਗੀ, ਪਹਿਲੇ ਬਸ ਪਹਿਲੇ ਨੰਬਰ 'ਤੇ ਬਣੇਗੀ ਇਹ। ਓਕੇ, ਅਤੇ ਤੁਹਾਨੂੰ ਕੀ ਉਮੀਦ ਹੈਗੀ ਆ? ਉਮੀਦ ਆ ਵੀ ਬਣੇਗੀ, ਜ਼ਰੂਰ ਬਣੇਗੀ, ਬਣਾਉਣਗੇ। 6 ਮਹੀਨੇ ਤੁਹਾਡੇ ਤੋਂ ਪਏ ਆ, ਸਾਰੇ ਪੰਚਾਇਤ ਤੁਹਾਡੀ ਪੰਚਾਇਤ ਦੇ ਵਿੱਚ ਬਣ ਜਾਏਗੀ? ਬਣ ਜਾਓ, ਕੋਸ਼ਿਸ਼ ਤਾਂ ਹੈ ਉਹਨਾਂ ਦੀ, ਕੋਸ਼ਿਸ਼ ਆ ਪੂਰੀ। ਹਾਂਜੀ ਹਾਂਜੀ ਹਾਂਜੀ। ਅੱਛਾ, ਦੂਜੀ ਕਮੀ ਪੇਸ਼ੀ ਇਹ ਹੈ ਜੀ, ਛੱਪੜ ਦੀ ਸਮੱਸਿਆ ਬੜੀ ਆ ਰਹੀ ਹੈ, ਤੁਹਾਡੀ ਗਲੀਆਂ ਜਿਹੜੀਆਂ ਹੈਗੀਆਂ ਵਾ ਇਸ ਵੇਲੇ ਨਾਲੀਆਂ ਭਰੀਆਂ ਹੋਈਆਂ, ਟੋਟਲ ਰੁਕਿਆ ਹੋਇਆ ਪਾਣੀ। ਹਾਂਜੀ ਹਾਂਜੀ। ਅਤੇ ਪਿੰਡ ਦੀ ਜਨਤਾ ਦਾ ਕਹਿਣਾ ਕਿ ਬਹੁਤ ਨੁਕਸਾਨ ਹੁੰਦਾ ਹੈ ਜੀ, ਘਰਾਂ ਦੇ ਵਿੱਚ ਮੱਛਰ ਬਹੁਤ ਜਾਂਦਾ ਹੈ, ਤੁਹਾਡਾ ਇਹਦੇ ਬਾਰੇ ਕੀ ਵਿਚਾਰ? ਮੇਰਾ ਵਿਚਾਰ ਹੈ ਵੀ ਛੱਪੜ ਤੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਹੈ ਜੀ। ਇੱਕ ਭੂਮੀ ਰੱਖਿਆ ਵਿਭਾਗ ਵਾਲਿਆਂ ਨੇ ਇੱਕ ਪ੍ਰੋਜੈਕਟ ਦਿੱਤਾ ਸੀ ਸਾਨੂੰ 12 ਲੱਖ ਰੁਪਏ ਦਾ, ਉਹਦੇ ਨਾਲ ਅਸੀਂ ਅੰਡਰਗਰਾਊਂਡ ਪਾਈਪ ਪਾ ਕੇ ਪੰਚਾਇਤ ਦੇ ਚੌਂਕ ਨਾਲਾਂ ਵਿੱਚ ਪਾਣੀ ਸਿੱਟਿਆ ਸੀ, ਜਿਹੜਾ ਕਿ ਇਸ ਵੇਲੇ ਉਹ ਵੀ ਓਵਰ ਹੋ ਚੁੱਕਾ ਹੈ। ਛੱਪੜ ਇਸ ਵੇਲੇ ਪੂਰਾ ਓਵਰ ਹੈ। ਛੱਪੜ ਤੋਂ ਦੂਸਰੇ ਛੱਪੜ ਨੂੰ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ, ਲੇਕਿਨ ਉਹ ਕੰਮ ਪੂਰਾ ਨਹੀਂ ਚੜ੍ਹ ਸਕਿਆ। ਪਿੰਡ ਦੇ ਲੋਕਾਂ ਨੇ ਪਾਰਟੀਬਾਜ਼ੀ ਨੇ ਉੱਧਰ ਪਾਣੀ ਨਹੀਂ ਪੈਣ ਦਿੱਤਾ ਹੈਗਾ। ਇਸ ਵੇਲੇ ਪੋਜੀਸ਼ਨ ਜਿਹੜੀ ਹੈ ਬਹੁਤ ਅਪਸੈਟ ਹੈਗੀ ਹੈ, ਪਾਣੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੇ, ਪਾਣੀ ਕਿੱਧਰ ਕੱਢੀਏ ਇਹਦੇ ਬਾਰੇ ਅਸੀਂ ਹੁਣ ਕੁਛ ਨਹੀਂ ਕਰ ਸਕਦੇ ਹੈਗੇ। ਜਦੋਂ ਵੀ ਉਹ ਛੱਪੜ ਪੰਚਾਇਤ ਦੀ ਜ਼ਮੀਨ ਓਵਰ ਹੋ ਜਾਂਦੀ ਹੈਗੀ ਹੈ ਤਾਂ ਅਗਲੇ ਖੇਤਾਂ ਵਾਲੇ ਪਾਣੀ ਜਿਹੜੇ ਆ ਉਹ ਰੋਕਦੇ ਆ, ਉਹ ਬੋਲਦੇ ਆ, ਸਾਨੂੰ ਬੋਲਦੇ ਆ, ਪਰ ਅਸੀਂ ਹੁਣ ਕੀ ਕਰ ਸਕਦੇ ਹੈਗੇ? ਅਸੀਂ ਤਾਂ ਪਾਣੀ ਆਪਣੇ ਵੱਲੋਂ ਤਾਂ ਅਸੀਂ ਬੈਟਰ ਕੀਤਾ ਸੀ, ਲੇਕਿਨ ਹੁਣ ਬੈਟਰਮੈਂਟ ਤੋਂ ਬਾਅਦ ਫਿਰ ਮੁੜ ਕੇ ਉਹ ਕੰਮ ਹੋ ਰਿਹਾ ਹੈਗਾ, ਇਹਦੀ ਪ੍ਰੋਬਲਮ ਬੜੀ ਤਗੜੀ ਹੈ। ਓਕੇ, ਇਹਦਾ ਤੁਹਾਨੂੰ ਕੀ ਲੱਗਦਾ ਕੀ ਹੱਲ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ? ਕੀ ਇਹਦਾ ਹੱਲ? ਤਾਂ ਇਹ ਹੈ ਜੀ, ਉੱਥੋਂ ਹੁਣ ਪੰਚਾਇਤ ਵਾਲੀ ਥਾਂ ਤੋਂ ਸ਼ੋ ਨੂੰ ਪਾਈਪ ਪੈ ਜਾਣ ਤਾਂ ਠੀਕ ਹੈਗਾ ਜੀ। ਜਿਹਦੇ ਬਾਰੇ ਉੱਪਰ ਮਹਿਕਮੇ ਨਾਲ ਗੱਲਬਾਤ ਚੱਲ ਰਹੀ ਹੈ, ਜਦੋਂ ਵੀ ਹੋ ਸਕਿਆ ਇਹ ਹੋ ਜਾਣਗੇ। ਓਕੇ, ਅਤੇ ਤੀਸਰੀ ਜੀ, ਆਲੇ ਦੁਆਲੇ ਜਿਹੜੀ ਭੰਗ ਜਿਹੜੀ ਹੈਗੀ ਆ ਜੀ, ਉਹਦਾ ਕੀ ਮੇਨ ਕਾਰਨ ਹੈਗਾ? ਟਾਈਮ ਟੂ ਟਾਈਮ ਸਫਾਈ ਕਰਾਈ ਜਾਂਦੀ ਹੈਗੀ ਆ, ਇਸ ਵੇਲੇ ਬਰਸਾਤਾਂ ਦੇ ਦਿਨ ਹੈਗੇ ਆ, ਬਰਸਾਤਾਂ ਦੇ ਦਿਨਾਂ ਵਿੱਚ ਤੁਹਾਨੂੰ ਪਤਾ ਵੀ ਹਰ ਚੀਜ਼ ਜਿਹੜੀ ਹੈ ਚੜ੍ਹ ਜਾਂਦੀ ਹੈਗੀ ਆ, ਜਦੋਂ ਬਰਸਾਤਾਂ ਲੰਘਣਗੀਆਂ ਤਾਂ ਮੈਂ ਮੁੜ ਕੇ ਫਿਰ ਸਫਾਈ ਕਰਾ ਦੂੰਗਾ ਆਲੇ ਦੁਆਲੇ ਦੀ ਪਿੰਡ ਦੀ। ਮਨਰੇਗਾ ਦੇ ਜੋਬ ਕਾਰਡ ਕਿੰਨੇ ਤੁਹਾਡੇ? ਬਸ 63 ਕਾਰਡ ਹੈ ਮੇਰੇ ਕੋਲ। 63 ਕਾਰਡ? ਅਤੇ ਕੰਮ ਕਰਨ ਵਾਲੇ ਕਿੰਨੇ? ਕੰਮ ਕਰਨ ਵਾਲੇ 14-15। ਅੱਜ ਤੱਕ ਕਿੰਨੇ ਜਣਾਂ ਦੀ ਹਾਜ਼ਰੀਆਂ ਲੱਗੀਆਂ ਫਿਰ? ਨਜਾਇਜ਼ ਨਹੀਂ ਹਾਜ਼ਰੀ ਲਾਈ ਕਿਸੇ ਦੀ ਵੀ? ਕਦੀ ਨਹੀਂ ਲਾਈ? ਨਹੀਂ ਲਾਈ। ਕਦੀ ਕਿਹਾ ਕਿਸੇ ਨੇ ਕਿ ਸਾਡੀ ਲਾ ਦਿਓ ਅਸੀਂ ਅੱਧੇ ਪੈਸੇ ਤੁਹਾਨੂੰ ਦੇ ਦਾਂਗੇ? ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਪੱਕਾ? ਪੱਕਾ। ਠੀਕ ਹੈ। ਆਪਣੇ ਸੈਕਟਰੀ ਸਾਹਿਬ ਦਾ ਨਾਮ ਕੀ? ਜਿਹੜੇ ਨਰੇਗਾ ਦੇ ਵਿੱਚ ਆਉਂਦੇ ਆ? ਰਾਮ ਦਿੱਤੂ ਜੀ। ਅਤੇ ਪੰਚਾਇਤ ਸੈਕਟਰੀ ਦਾ ਕੀ ਨਾਮ ਹੈ? ਪੰਚਾਇਤ ਸੈਕਟਰੀ ਦਾ ਨਾਮ ਹੈਗਾ ਵਿਕਰਮ। ਵਿਕਰਮ ਸਿੰਘ? ਵਿਕਰਮ ਸਿੰਘ। ਅੱਛਾ, ਕਿੰਨੇ ਕੁ ਪਰਸੈਂਟ ਸਰ ਲੱਗ ਗਈ ਹੋਊਗੀ ਗੇਟ ਤੁਹਾਡੇ ਪਿੰਡ? ਗੇਟ ਮੇਰਾ ਖਿਆਲ 60% ਤਾਂ ਮੈਂ 60 ਮੋਰ ਤੋਂ 70% ਲਵਾਤੀ ਹੈ ਗੇਟ। ਆਲੇ ਦੁਆਲੇ ਕੰਕਰੀਟ ਹੋਈ ਪਈ ਹੈ, ਸੈਂਟਰ ਦੇ ਵਿੱਚ ਇੰਟਰਲੋਕ ਲੱਗੀ ਹੋਈ ਆ। ਹਾਂ, ਅਤੇ ਵਿੱਚ ਸੀਵਰੇਜ ਪਾਇਆ ਹੋਇਆ ਵਾ? ਨਹੀਂ, ਸੀਵਰੇਜ ਉੱਦਾਂ ਹੀ। ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸੀਵਰੇਜ ਪਾਉਣਾ ਹੋਵੇ ਤਾਂ ਮਤਲਬ ਕਿ ਸਾਈਡਾਂ ਤੋਂ ਦਿੱਕਤ ਨਹੀਂ ਆਏਗੀ? ਠੀਕ ਹੈ ਸਰ। ਪੈਸੇ ਦੀ ਗੱਲ ਕਰੀਏ ਤਾਂ ਸਾਰੀਆਂ ਗਲੀਆਂ ਇੰਟਰਲੋਕ ਹੀ ਹੋਈਆਂ ਵਾ ਜਾਂ ਫਿਰ ਕੰਕਰੀਟ ਵੀ ਹੋਈਆਂ? ਕੰਕਰੀਟ ਵਾਲੀ ਵੀ ਗਲੀ ਇੱਕ ਬਣੀ ਆ। ਕਿੰਨੇ ਫੁੱਟ ਦੀ? ਉਹ ਮੇਰਾ ਖਿਆਲ 200 ਫੁੱਟ ਦੀ ਗਣੀ। 200 ਫੁੱਟ ਦੀ ਗਣੀ। ਤੁਹਾਨੂੰ ਕੀ ਲੱਗਦਾ ਵਾ ਕਿ ਕੰਕਰੀਟ ਨਾਲੋਂ ਇੰਟਰਲੋਕ ਜ਼ਿਆਦਾ ਸਸਤੀ ਆ ਜਾਂ ਫਿਰ ਕੰਕਰੀਟ? ਦੋਨੋਂ ਬਰਾਬਰ ਹੀ ਪੈ ਜਾਂਦੀਆਂ ਤਕਰੀਬਨ ਦੇਖਿਆ ਜਾਵੇ ਤਾਂ। ਕਿੰਨਾ ਕੁ ਫਰਕ ਪੈ ਜਾਂਦਾ ਫਿਰ ਵੀ? 19-21 ਦਾ ਫਰਕ ਹੈ। 19-21 ਦਾ ਫਰਕ। ਓਕੇ, ਅੱਛਾ ਸਰ, ਜੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਹੁਣ ਤੁਸੀਂ ਕਹਿ ਰਹੇ ਹਾਂ ਕਿ ਹੁਣ ਛੱਡਣੀ ਚਾਹੁੰਦੇ ਤੁਸੀਂ ਪੰਛੀ, ਮੇਨ ਕਾਰਨ ਕੀ ਆ? ਮੇਨ ਕਾਰਨ ਇਹ ਹੈ ਵੀ ਇਸ ਵੇਲੇ ਜਿਹੜੀ ਪ੍ਰੋਬਲਮ ਹੈ ਸਰਪੰਚ ਵਾਸਤੇ, ਲੋਕ ਕੰਮ ਨਹੀਂ ਹੋਣ ਦਿੰਦੇ। ਹੁਣ ਪਿੰਡ ਦਾ ਛੱਪੜ ਤੋਂ ਛੱਪੜ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਜਿਹੜੀ ਕੜਾ ਦਿੱਤਾ ਗਿਆ, ਪਾਰਟੀਬਾਜ਼ੀ ਬਣੀ ਹੋਈ ਹੈਗੀ ਆ। ਦੂਸਰਾ ਇਹ ਆ ਵੀ ਹੁਣ ਮੈਂ ਮੇਨ ਦੱਸਣਾ ਨਹੀਂ ਚਾਹੁੰਦਾ ਵੀ ਐਸੀ ਸਰਪੰਚ ਹੋਣ ਕਰਕੇ ਦੁਨੀਆ ਜਿਹੜੀ ਆ ਲੱਗਦੀ ਹੈ ਕੰਮ ਨਹੀਂ ਹੋਣ ਦਿੰਦੀ ਹੈਗੀ ਕੋਈ। ਸਰ, ਤੁਹਾਡੇ ਪਿੰਡ ਦੇ ਵਿੱਚ ਸੁਣਿਆ ਨਸ਼ਾ ਬਹੁਤ ਜ਼ਿਆਦਾ ਆ,
ਤੁਹਾਡੇ ਆਲੇ ਦੁਆਲੇ ਇਲਾਕੇ 'ਚ ਵੀ ਮੇਨ ਕਾਰਨ ਕੀ ਹੈ? ਇੱਥੇ ਪੁਲਿਸ ਦਾ ਕੋਈ ਦਬਦਬਾ ਹੈ ਨਹੀਂ ਗਾ? ਪੁਲਿਸ ਕੀ ਕਰ ਸਕਦੀ ਆ? ਪੁਲਿਸ ਨੂੰ ਹੁਣ ਜਿਹੜੇ ਇਤਲਾਹ ਦਿੱਤੀ ਜਾਂਦੀ ਆ ਤਾਂ ਪੁਲਿਸ ਵੀ ਤੁਹਾਨੂੰ ਪਤਾ ਹੀ ਆ, ਪੁਲਿਸ ਆਉਂਦੀ ਆ ਦਬਕੇ ਦੁਬਕੇ ਮਾਰ ਕੇ ਚਲੇ ਜਾਂਦੀ ਹੈਗੀ। ਫੰਡ ਦਾ ਉਹਨਾਂ ਨੂੰ ਵੀ ਅਧਿਕਾਰ ਨਹੀਂ, ਕਹਿ ਉਹ ਵੀ ਨਹੀਂ ਸਕਦੇ ਕੁਛ ਵੀ ਵਿਚਾਰੇ। ਪ੍ਰਸ਼ਾਸਨ ਦਾ ਵਿੱਚ ਕਿੰਨਾ ਕੁ ਰੋਲ ਹੈਗਾ ਜੇ ਤੁਹਾਨੂੰ ਕੀ ਲੱਗਦਾ? ਪ੍ਰਸ਼ਾਸਨ ਦਾ ਇਹਦੇ ਵਿੱਚ ਰੋਲ ਕੀ ਕਹਿ ਸਕਦੇ ਹਾਂ? ਅਸੀਂ ਤਾਂ ਇਹ ਕਹਿੰਦੇ ਹਾਂ ਵੀ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਵੀ ਅਸੀਂ ਨਸ਼ਾ ਛਡਾਵਾਂਗੇ, ਲੇਕਿਨ ਨਸ਼ਾ ਛੁੱਟਾ ਨਹੀਂ ਹੈਗਾ, ਨਸ਼ਾ ਵੱਧ ਗਿਆ। ਅਤੇ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਕਾਫੀ ਵਾਅਦੇ ਕੀਤੇ, ਤੁਹਾਨੂੰ ਕੀ ਉਮੀਦਾਂ ਹੈਗੀਆਂ, ਕੀ ਐਕਸਪੈਕਟੇਸ਼ਨਸ ਹੈਗੀ ਉਹਨਾਂ ਤੋਂ? ਮੁਸ਼ਕਲ ਹੀ ਆ ਜੀ, ਨਸ਼ੇ ਦਾ ਜਿਹੜਾ ਰੁਝਾਨ ਨਹੀਂ ਘੱਟ ਰਿਹਾ ਹੈਗਾ, ਰੁਝਾਨ ਨਹੀਂ ਘੱਟ ਰਿਹਾ। ਠੀਕ ਹੈ। ਅਤੇ ਜੇ ਗੱਲ ਕਰੀਏ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਸਕੂਲ ਦੇ ਵਿੱਚ ਐਜੂਕੇਸ਼ਨ ਕਿੱਦਾਂ ਦੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ? ਐਜੂਕੇਸ਼ਨ ਬਹੁਤ ਠੀਕ ਆ, ਚੱਲ ਰਹੀ ਹੈ। ਪ੍ਰਾਇਮਰੀ ਤੁਹਾਡੀ ਸਕੂਲ ਹੈ? ਕਿੰਨੇ ਕੁ ਟਾਈਮ ਬਾਅਦ ਤੁਸੀਂ ਸਕੂਲ 'ਚ ਗੇੜਾ ਮਾਰਦੇ? ਅਸੀਂ ਗਾਹਵੇ ਗਾਹੇ ਜਾਂਦੇ ਆ, ਆਉਂਦੇ ਰਹੀਦਾ ਹੈਗਾ। ਜਾਂਦੇ ਰਹਿੰਦੇ ਹਾਂ, ਹਫ਼ਤੇ 'ਚ ਕਿੰਨੇ ਕੁ ਗੇੜੇ ਵੱਜ ਜਾਂਦੇ? ਇੱਕ ਅੱਧਾ ਗੇੜਾ ਮਾਰ ਲਈਦਾ ਹਫ਼ਤੇ ਦੇ ਵਿੱਚ। ਹਫ਼ਤੇ 'ਚ ਗੇੜਾ ਆਪ ਬੁਲਾਉਂਦੇ ਆ ਜਾਂ ਆਪ ਵੀ ਬੁਲਾ ਲੈਂਦੇ ਤਾਂ ਆਪ ਵੀ ਜਾਏਦਾ? ਮਤਲਬ ਆਪ ਵੀ ਬੁਲਾਉਂਦੇ ਉਸ ਚੀਜ਼ 'ਤੇ ਵੀ ਚੱਲ ਜਾਂਦੇ, ਹੈ ਨਾ? ਠੀਕ ਹੈ। ਅਤੇ ਪਿੰਡ ਦੇ ਜਿਹੜੇ ਲੋਕ ਹੈਗੇ ਤੁਹਾਡੇ ਨਾਲ ਕਿੰਨਾ ਕੁ ਸਹਿਯੋਗ ਕਰਦੇ? ਜਦੋਂ ਤੁਸੀਂ ਗਲੀਆਂ ਬਣਾਉਂਦੇ ਸੀਗੇ, ਗਲੀਆਂ ਬਣਾ ਰਹੇ ਸੀ, ਉਦੋਂ ਕਿੰਨਾ ਕੁ ਸਹਿਯੋਗ? ਪਿੰਡ ਦਾ ਸਹਿਯੋਗ ਗਲੀਆਂ ਬਣਾਉਣ ਦੇ ਵਿੱਚ ਤਾਂ ਠੀਕ ਰਿਹਾ ਹੈਗਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਟਾਰਗੇਟ ਕੀ ਲੈ ਕੇ ਚੱਲੇ ਹੋਏ ਆ? 6 ਮਹੀਨੇ 'ਚ ਕਿਹੜਾ ਕੰਮ ਕਰਵਾਉਣਾ? ਸਿਰਫ ਜਦੋਂ 2-3 ਗਲੀਆਂ ਰਹਿੰਦੀਆਂ ਹੈਗੀਆਂ, ਸ਼ਮਸ਼ਾਨ ਘਾਟ ਦਾ ਕੰਮ ਕਰਾਵਾਂਗੇ, ਆਂਗਨਵਾੜੀ ਦਾ ਰਹਿੰਦਾ ਕੰਮ ਉਹ ਕਰਾਵਾਂਗੇ। ਜਿਹੜੀਆਂ ਗਲੀਆਂ ਤੁਸੀਂ ਰੇਡੀ ਕਰਵਾਤੀਆਂ ਆ, ਉਹਦੀ ਵੈਲਿਊ ਕਿੰਨੇ ਸਾਲ ਤੱਕ ਆ? ਵੈਲਿਊ ਉਹਨਾਂ ਦੀ 10 ਸਾਲ ਤੱਕ ਹੈ। 10 ਸਾਲ ਤੱਕ? ਜਿੱਦਾਂ ਸਰਕਾਰਾਂ ਤਾਂ ਕਹਿੰਦੀਆਂ ਕਿ 25 ਸਾਲ ਤੱਕ। 10 ਸਾਲ ਤੱਕ ਦਾ ਕੋਈ ਗਲੀ ਬਣੇਗੀ ਨਹੀਂ ਦੁਬਾਰਾ? 10 ਸਾਲ ਤੱਕ ਤਾਂ ਹੈ ਇਸ ਵੇਲੇ। 10 ਸਾਲ ਤੱਕ ਹੈ। ਵੈਸੇ ਦੇਖਿਆ ਜਾਵੇ ਤਾਂ 75 ਸਾਲਾਂ ਤੋਂ ਕਦੀ ਗਲੀਆਂ ਨਾਲੀਆਂ ਹੀ ਨਹੀਂ ਪੂਰੀਆਂ ਹੋਈਆਂ, ਨਹੀਂ ਹੋਈਆਂ, ਇਹ ਚੱਲੀਆਂ ਜਾਂਦੀਆਂ, ਇਹ ਚੱਲੀ ਜਾਂਦੀਆਂ, ਸ਼ਾਇਦ ਅੱਗੇ ਵੀ ਇਹੀ ਚੱਲੀ ਜਾਣੀਆਂ। ਜੀ ਜੀ ਜੀ। ਤੁਹਾਨੂੰ ਕੀ ਲੱਗਦਾ ਕਿ ਗਲੀਆਂ ਨਾਲੀਆਂ ਹੀ ਡਿਵੈਲਪਮੈਂਟ ਆ ਪਿੰਡ ਦੀ? ਨਹੀਂ 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 ਨਹੀਂ, ਹੋਰ ਵੀ ਕੰਮ ਬਹੁਤ ਸਾਰੇ ਡਿਵੈਲਪਮੈਂਟ ਹੋਣੇ ਚਾਹੀਦੇ ਆ ਪਿੰਡ 'ਚ। ਡਿਸਪੈਂਸਰੀ? ਡਿਸਪੈਂਸਰੀ ਹੈ ਨਹੀਂ ਗੀ। ਓਕੇ। ਬੱਸ ਸਰਵਿਸ? ਨਹੀਂ ਹੈਗੀ। ਸੁਵਿਧਾ ਸੈਂਟਰ? ਸੁਵਿਧਾ ਸੈਂਟਰ ਵੀ ਹੈ ਨਹੀਂ। ਜਿਹੜੀਆਂ ਤੁਹਾਨੂੰ ਮੈਂ ਕਮੀ ਪੇਸ਼ੀ ਦੀ ਗੱਲ ਕਰ ਰਿਹਾ ਵਾਂ, ਕਿ ਤੁਹਾਡੇ ਮਾਈਂਡ ਦੇ ਵਿੱਚ ਚੀਜ਼ਾਂ ਹੈਗੀਆਂ ਸੀਗੀਆਂ, ਜਾਂ ਫਿਰ ਮਤਲਬ ਕਿ ਪੁਰਾਣੀਆਂ ਪੰਚਾਇਤਾਂ ਵੀ ਇੱਦਾਂ ਹੀ ਕੱਢ ਗਈਆਂ, ਤੁਸੀਂ ਵੀ ਇਹੀ ਟਾਈਮ ਇੱਦਾਂ ਹੀ ਕੱਢ ਗਏ? ਅਤੇ ਅਸੀਂ ਵੀ ਹੁਣ ਡਿਮਾਂਡ ਹੀ ਕਰ ਸਕਦੇ ਇਹਨਾਂ ਚੀਜ਼ਾਂ ਦੀ, ਜਾਂ ਡਿਮਾਂਡ ਪੂਰੀ ਨਹੀਂ ਹੁੰਦੀ ਤਾਂ ਫਿਰ ਅਸੀਂ ਹੈ ਜਗ੍ਹਾ ਵੀ ਹੈ ਨਹੀਂ। ਓਕੇ। ਅਤੇ ਜੇ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਤੁਹਾਡੇ ਤੋਂ ਕੋਈ ਪ੍ਰੋਜੈਕਟ ਹੁੰਦਾ ਵਾ, ਤਾਂ ਤੁਸੀਂ ਸਭ ਤੋਂ ਜ਼ਿਆਦਾ ਕਿਹਦੇ ਵੱਲ ਧਿਆਨ ਦੇਣਾ ਪਸੰਦ ਕਰੋਗੇ? ਹਾਂਜੀ, ਕਿਹਦੇ ਵੱਲ ਧਿਆਨ ਜ਼ਿਆਦਾ ਦਿਓਗੇ ਅਗਰ ਤੁਹਾਡੇ ਤੋਂ ਗਾਂਹ ਪ੍ਰੋਜੈਕਟ ਹੁੰਦਾ ਕੋਈ? ਅਸੀਂ ਤਾਂ ਸੁਵਿਧਾ ਕੇਂਦਰ ਵੱਲ ਧਿਆਨ ਦੇਵਾਂਗੇ ਬਹੁਤਾ। ਇੱਕ ਤਾਂ ਸੁਵਿਧਾ ਕੇਂਦਰ ਬਣਾਇਆ ਜਾਵੇ, ਕਮਿਊਨਿਟੀ ਹਾਲ ਬਣਾਇਆ ਜਾਵੇ, ਹਾਂਜੀ, ਅਤੇ ਧਰਮਸ਼ਾਲਾ ਵਗੈਰਾ ਇੱਕ ਹੈ, ISC ਦੀ ਹੈਗੀ ਹੈ, ਜਨਰਲ ਦੀ ਹੈ ਨਹੀਂ ਗੀ, ਅਤੇ ਉਹ ਵੀ ਬਣਾਈ ਜਾਵੇ। ਓਕੇ। ਕਮਿਊਨਿਟੀ ਹਾਲ ਹੋਣਾ ਚਾਹੀਦਾ ਹੈਗਾ। ਠੀਕ ਹੈ। ਹਾਂਜੀ, ਆਪਣੇ ਤੁਸੀਂ ਸਰਕਾਰ ਦੇ ਕੋਲ ਕੀ ਮੰਗ ਰੱਖਣਾ ਚਾਹੁੰਦੇ ਪਿੰਡ ਵਾਸਤੇ? ਪਿੰਡ ਦੀ ਤਰੱਕੀ ਵਾਸਤੇ ਅਸੀਂ ਡਿਮਾਂਡ ਕਰਨਾ ਚਾਹੁੰਦੇ ਹਾਂ, ਪਿੰਡ ਦੀ ਤਰੱਕੀ ਹੋਣੀ ਚਾਹੀਦੀ ਹੈਗੀ ਆ। ਅਗਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੌਕਾ ਮਿਲਦਾ ਦੁਬਾਰਾ ਸਰਪੰਚੀ ਦਾ, ਕੀ ਲਓਗੇ? ਨਹੀਂ, ਮੈਂ ਨਹੀਂ ਲਊਂਗਾ। ਹੱਥ ਖੜੇ ਆ। ਇਹ ਵਜ੍ਹਾ ਇਹਦੀ? ਵਜ੍ਹਾ ਤਾਂ ਤੁਹਾਨੂੰ ਮੈਂ ਦੱਸ ਚੁੱਕਾ ਅੱਗੇ। ਓਕੇ, ਠੀਕ ਹੈ ਜੀ। ਹੁਣ ਤੁਹਾਡੇ ਪਿੰਡ ਦੇ ਕੁਛ ਬੰਦੇ ਬੈਠੇ, ਉਹਨਾਂ ਨਾਲ ਵੀ ਗੱਲਬਾਤ ਕਰੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਆਪਣਾ? ਪਰਮਜੀਤ ਸਿੰਘ। ਪਰਮਜੀਤ, ਇਸੇ ਪਿੰਡ ਦੇ ਵਾਸੀ ਹੋ? ਹਾਂਜੀ, ਇਸ ਪਿੰਡ ਦੇ। ਅੱਛਾ, ਅਤੇ ਜੇ ਗੱਲ ਕਰੀਏ ਤਾਂ ਇਸ ਪੰਚਾਇਤ ਤੋਂ ਖੁਸ਼ ਹੋ? ਹਾਂ, ਖੁਸ਼ ਹੈ। ਪਿੰਡ ਦੇ ਕੰਮ ਕਿੱਦਾਂ ਦੇ ਹੋਏ ਤੁਹਾਨੂੰ ਲੱਗਦਾ? ਵਧੀਆ ਹੋਏਗਾ। ਪਹਿਲੀਆਂ ਪੰਚਾਇਤਾਂ ਨੇ ਕਿੱਦਾਂ ਦੇ ਕੀਤੇ ਸੀਗੇ? ਪਹਿਲਾਂ ਵੀ ਇੱਦਾਂ ਦੇ ਹੀ ਸੀਗੇ, ਅਤੇ ਹੁਣ ਵੈਸੇ ਵਧੀਆ ਕੰਮ ਕੀਤਾ, ਗਲੀਆਂ ਗੁਲੀਆਂ ਦਾ ਵੀ, ਅਤੇ ਥੋੜ੍ਹਾ ਜਿਹਾ ਛੱਪੜ ਦਾ ਰਹਿ ਗਿਆ ਕੰਮ, ਉਹ ਵਿੱਚ ਅੜਿੱਕਾ ਡਾਉਣ ਕਰਕੇ ਨਾ। ਓਕੇ ਓਕੇ। ਮਤਲਬ ਅੜਿੱਕਾ ਪੈਂਦਾ ਪਿਆ ਵਿੱਚ? ਪਿੰਡ ਦੇ ਵਿੱਚ ਤਿੰਨ ਵਾਰ ਧੜੇਬਾਜ਼ੀਆਂ। ਮੈਂ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਭਗਵੰਤ ਮਾਨ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਆ, ਤੁਹਾਨੂੰ ਲੱਗਦਾ ਵਾ ਕਿ ਪੂਰੇ ਹੋਣਗੇ? ਕਰੂਗਾ ਜੀ, ਹੌਲੀ ਹੌਲੀ, ਥੋੜ੍ਹੇ ਬਹੁਤ ਕਰ ਦਿੱਤੇ। ਹਾਂਜੀ, ਕੀ ਉਮੀਦ ਆ ਤੁਹਾਨੂੰ? ਉਮੀਦ ਹੈ ਵੀ ਹੌਲੀ ਹੌਲੀ ਕੁਛ ਨਾ ਕੁਛ ਤਾਂ ਕਰੂਗਾ ਜੀ। ਉਮੀਦ ਹੈਗੀ ਹੈ ਤੁਹਾਨੂੰ, ਹੈ ਨਾ? ਜਿਸ ਤਰ੍ਹਾਂ ਉਹਨਾਂ ਨੇ ਕਿਹਾ 6 ਮਹੀਨਿਆਂ 'ਚ ਨਸ਼ਾ ਪੰਜਾਬ ਮੁਕਤ ਪੰਜਾਬ ਬਣਾਵਾਂਗੇ, ਤੁਹਾਨੂੰ ਕੀ ਲੱਗਦਾ? ਇਹ ਮੁਸ਼ਕਿਲ, ਇਹ ਮੁਸ਼ਕਿਲ ਆ। 1000-1000 ਰੁਪਇਆ ਲੇਡੀਜ਼ ਨੂੰ? ਨਹੀਂ, ਉਹ ਵੀ ਨਹੀਂ। ਪੈਨਸ਼ਨਾਂ 2500 ਰੁਪਈਆ? ਇੱਕ ਸੀਗਾ ਵੀ ਜਿੱਦਾਂ ਬਿਜਲੀ ਦੇ ਬਿੱਲ ਮਾਫ਼ ਹੋਏ ਆ, ਉਹ ਮਾਫ਼ ਨਹੀਂ ਕਰਨੇ ਚਾਹੀਦੇ ਸੀ, ਉਹਦਾ ਜਿਹੜਾ ਰੇਟ ਹੈ ਉਹ ਘਟਾਉਣਾ ਚਾਹੀਦਾ ਸੀ। ਬਿਲਕੁਲ ਜੀ, ਬਿਲਕੁਲ। ਬਹੁਤ ਸਾਰੇ ਜਿਹੜੇ ਲੋਕ ਜਿਹੜੇ ਹੈਗੇ ਆ ਉਹ ਇਸ ਚੀਜ਼ ਨੂੰ ਬਹੁਤ ਗਲਤ ਕਹਿ ਰਹੇ ਆ, ਕਹਿੰਦੇ ਕਿ ਰੇਟ ਯੂਨਿਟ ਘੱਟ ਕਰਨੀ ਚਾਹੀਦੀ ਸੀ,
बिल नहीं माफ करना चाहिए, बिल नहीं माफ करना चाहिए। ਤੁਹਾਨੂੰ ਕੀ ਲੱਗਦਾ ਵਾ ਵੈਸੇ ਜੇ ਸੁਝਾਅ ਦੇਣਾ ਹੋਵੇ ਇਸ ਚੀਜ਼ 'ਤੇ ਸਰਕਾਰ ਨੂੰ ਕੀ ਦੇਣਾ ਚਾਹੁੰਦੇ ਹਾਂ? ਅਸੀਂ ਤਾਂ ਇਹੀ ਕਹਾਂਗੇ ਵੀ ਜਿਹੜੇ ਯੂਨਿਟ ਹੈ ਉਹ ਘਟਾਉਣੀ ਚਾਹੀਦੀ ਹੈ, ਬਿੱਲ ਮਾਫ਼ ਨਹੀਂ ਹੋਣਾ ਚਾਹੀਦਾ। ਓਕੇ, ਜਿਹੜੇ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਹੌਸਲੇ ਬੁਲੰਦ ਹੋ ਗਏ ਨਾ ਇਸ ਚੀਜ਼ ਨੂੰ ਲੈ ਕੇ, ਏ ਸੀ ਸਾਰਾ ਦਿਨ ਚਲਾਉਣ ਲੱਗ ਗਏ, ਹੈ ਨਾ? ਹਾਂਜੀ। ਓਕੇ, ਅਤੇ ਜੇ ਗੱਲ ਕਰੀਏ ਤਾਂ ਪੰਚਾਇਤਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਵੀ ਲੰਘ ਕੇ ਗਈਆਂ ਉਹਨਾਂ ਨੇ ਇੱਕ ਪਿੰਡ ਦੀ ਡਿਵੈਲਪਮੈਂਟ ਵਾਸਤੇ ਕਿੰਨਾ ਕੁ ਸਹਿਯੋਗ ਕੀਤਾ? ਕੁਛ ਕੀਤਾ, ਕਈਆਂ ਨੇ ਨਹੀਂ ਕੀਤਾ। ਵੈਸੇ ਕਈ ਵਾਰੀ ਆਪੋਜਿਟ ਬਣ ਜਾਂਦੀ ਸੀਗੀ, ਮੈਂਬਰ ਜਾਰੇ ਬਣ ਜਾਂਦੇ ਸੀਗੇ, ਉਹ ਫਿਰ ਕੰਮ ਨਹੀਂ ਪਿੰਡ ਦਾ ਹੋਣ ਦਿੰਦੇ ਸੀਗੇ। ਅਤੇ ਹੁਣ ਤਾਂ ਜਿੱਦਾਂ ਪੰਚਾਇਤ ਆ ਹੁਣ ਇੱਕੋ ਹੀ ਹੈ ਅਤੇ ਕੰਮ ਵਧੀਆ ਕੀਤੇ ਪਿੰਡ ਦੇ। ਹਾਂਜੀ ਹਾਂਜੀ, ਹੈ ਹਾਂਜੀ ਹਾਂਜੀ। ਅਤੇ ਐੱਨ ਆਰ ਆਈਆਂ ਦਾ ਕਿੰਨਾ ਕੁ ਸਹਿਯੋਗ ਹੈਗਾ ਪਿੰਡ ਦੇ ਵਿੱਚ? ਹੈਗਾ ਸਹਿਯੋਗ ਐੱਨ ਆਰ ਆਈ ਹੈਗਾ। ਕੁਛ ਐੱਨ ਆਰ ਆਈਆਂ ਦਾ ਨਾਮ ਪਤਾ ਤੁਹਾਨੂੰ ਜਿਹੜੇ ਸਹਿਯੋਗ ਕਰਦੇ? ਸਹਿਯੋਗ ਨਾਂ ਦਾ ਤਾਂ ਨਹੀਂ ਪਤਾ, ਵੈਸੇ ਵਿੱਚ ਕਰਦੇ ਆ, ਕਰਦੇ ਆ। ਧੰਨਵਾਦ, ਕਿਸ ਤਰ੍ਹਾਂ ਕਰਦੇ ਤੁਸੀਂ ਪੰਚਾਇਤਾਂ ਦਾ? ਹਾਂਜੀ, ਪੰਚਾਇਤਾਂ ਦਾ ਧੰਨਵਾਦ ਕਿਵੇਂ ਕਰਦੇ ਤੁਸੀਂ? ਧੰਨਵਾਦ, ਕੰਮ ਵਧੀਆ ਤਾਂ ਵਧੀਆ ਕਹਾਂਗੇ, ਵਧੀਆ ਕੰਮ ਕਰ ਰਹੇ। ਜਿੱਦਾਂ ਸਰਪੰਚ ਸਾਹਿਬ ਨੇ ਵਧੀਆ ਕੰਮ ਪਿੰਡ ਦਾ ਕੀਤਾ, ਠੀਕ ਹੈ, ਉਹਦਾ ਖੁਸ਼ ਹੋਣਾ ਇਸ ਪੰਚਾਇਤ ਤੋਂ? ਹਾਂ, ਖੁਸ਼ ਹੈ। ਵਿਵਹਾਰ ਕਿੱਦਾਂ ਇਹਨਾਂ ਦਾ ਪੰਚਾਇਤ ਦਾ? ਵਧੀਆ, ਜਦੋਂ ਕੋਈ ਕੰਮ ਕਰਨ ਆਉਂਦੇ ਉਸ ਵੇਲੇ ਕੰਮ ਹੋ ਜਾਂਦੇ ਆ? ਹੋ ਜਾਂਦੇ ਜੀ। ਕਦੀ ਇੱਦਾਂ ਤਾਂ ਨਹੀਂ ਕਿਹਾ ਉਹਨਾਂ ਨੇ ਕਿ ਹਾਂ ਵੀ ਇਹ ਘਰੇ ਹੈ ਨਹੀਂ? ਨਹੀਂ 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 ਨਹੀਂ, ਸ਼ਾਮ ਨੂੰ ਆਇਓ, ਕੱਲ੍ਹ ਆਇਓ? ਨਹੀਂ ਨਹੀਂ, ਜਦੋਂ ਵੀ ਆਏ ਆ ਕੰਮ ਹੋ ਜਾਂਦਾ, ਮਿਲ ਗਏ ਤਾਂ ਫਿਰ ਕੰਮ ਹੋ ਜਾਣਾ, ਜੇ ਨਾ ਮਿਲੇ ਜੇ ਸ਼ਹਿਰ ਸ਼ੁਰ ਗਏ ਹੋਣਗੇ ਤਾਂ ਫਿਰ ਤੁਹਾਨੂੰ ਲੇਟ ਹੋ ਜਾਣਾ, ਲੇਟ ਹੋ ਜਾਣਾ। ਠੀਕ ਹੈ, ਠੀਕ ਹੈ, ਮਿਹਰਬਾਨੀ, ਧੰਨਵਾਦ। ਅੱਛਾ ਸਰ, ਜੇ ਇੱਕ ਪਤਲ ਤੋਂ ਸਵਾਲ ਪੁੱਛੀਏ, ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਆ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਨਸ਼ਾ ਮੁਕਤ ਪੰਜਾਬ ਬਣਾਵਾਂਗੇ, 1000 ਰੁਪਏ ਦੇਵਾਂਗੇ, ਪੈਨਸ਼ਨਾਂ ਵਧਾਵਾਂਗੇ, ਸਾਰਾ ਕੁਛ ਫਰੀ ਦੇ ਜਾਂਦੀ, ਤੁਹਾਨੂੰ ਲੱਗਦਾ ਕਿ ਬੇਰੁਜ਼ਗਾਰੀ ਵੱਲ ਵੀ ਧਿਆਨ ਦਊਗੀ? ਬੇਰੁਜ਼ਗਾਰੀ ਵੱਲ ਧਿਆਨ ਤਾਂ ਦੇਣਾ ਚਾਹੀਦਾ ਉਹਨਾਂ ਨੂੰ, ਲੇਕਿਨ ਜਿਹੜੀਆਂ ਜਦ ਜੋਬਾਂ ਉਹ ਹਲੇ ਕੱਢਦੇ ਆ ਪ੍ਰਾਈਵੇਟ ਜੋਬਾਂ ਹੈ, ਜਿਹਨਾਂ 'ਚ ਸੈਲਰੀ ਬੱਚਿਆਂ ਨੂੰ ਬਹੁਤ ਘੱਟ ਮਿਲਦੀ, ਸੈਲਰੀ ਜਿਹੜੀ ਹੈ ਬੱਚਿਆਂ ਨੂੰ ਬਹੁਤ ਘੱਟ ਮਿਲਦੀ ਹੈਗੀ ਹੈ। ਓਕੇ, ਤੁਹਾਨੂੰ ਕੀ ਲੱਗਦਾ ਕਿ ਸਰਕਾਰਾਂ ਫਰੀ ਚੀਜ਼ਾਂ ਹੀ ਸਾਰਾ ਕੁਛ ਦੇਈ ਜਾਂਦੀਆਂ ਵਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀਆਂ ਸਾਨੂੰ ਮਿਲੂਗੀਆਂ? ਉਮੀਦ ਤਾਂ ਬੜੀ ਆ, ਉਮੀਦ ਤਾਂ ਬੜੀ ਆ, ਮਿਲਣੀਆਂ ਚਾਹੀਦੀਆਂ ਨੌਕਰੀਆਂ ਬੱਚਿਆਂ ਨੂੰ। ਜਿਸ ਤਰ੍ਹਾਂ ਸਾਡਾ ਜਿਹੜਾ ਪੰਜਾਬ ਜਿਹੜਾ ਹੈਗਾ ਦਿਨੋ ਦਿਨ ਖਾਲੀ ਹੋਈ ਜਾਂਦਾ, ਖਾਲੀ ਹੋਈ ਜਾਂਦਾ, ਠੀਕ ਆ, ਹੈ ਨਾ, ਯੂਥ ਸਾਡਾ ਬਾਹਰ ਜਾਈ ਜਾਂਦਾ ਆ। ਹਾਂਜੀ ਜੀ ਜੀ, ਤੁਹਾਨੂੰ ਕੀ ਲੱਗਦਾ ਵਾ ਇਹਦਾ ਮੇਨ ਕਾਰਨ ਕੀ? ਬੇਰੁਜ਼ਗਾਰੀ ਮੇਨ ਇਹ ਵੀ ਬੇਰੁਜ਼ਗਾਰੀ ਆ, ਬੇਰੁਜ਼ਗਾਰੀ ਇੱਧਰ ਹੈ ਨਹੀਂ ਕੁਛ ਵੀ, ਬੱਚੇ ਜਿਹੜੇ ਦੌੜਦੇ ਬਾਹਰ ਨੂੰ। ਤੁਹਾਡੇ ਬੱਚੇ ਵੀ ਬਾਹਰ ਹੀ? ਮੇਰਾ ਇੱਕ ਮੁੰਡਾ ਬਾਹਰ ਆ। ਕਿਹੜੀ ਕੰਟਰੀ ਗਏ ਹੋਏ? ਆਸਟ੍ਰੇਲੀਆ। ਆਸਟ੍ਰੇਲੀਆ ਗਏ ਹੋਏ ਆ, ਅਤੇ ਵੈਸੇ ਤੁਹਾਨੂੰ ਕੀ ਲੱਗਦਾ ਕਿ ਉਹ ਵੀ ਬੇਰੁਜ਼ਗਾਰੀ ਕਰਕੇ ਗਏ? ਬੇਰੁਜ਼ਗਾਰੀ, ਪੜ੍ਹਦਾ ਪੜ੍ਹਦਾ ਫਿਰ ਭੇਜ ਦਿੱਤਾ ਹੈਗਾ ਵੀ ਇੱਧਰ ਹੈ ਨਹੀਂ ਜੋਬ ਜੂਬ ਕੋਈ ਵੀ। ਅੱਛਾ ਜੀ, ਗੱਲ ਕਰੀਏ ਤਾਂ ਬਹੁਤ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਹੀ ਮਿਲੀਦਾ ਆ, ਗੱਲਬਾਤ ਕਰਦੇ ਹਾਂ, ਉਹਨਾਂ ਦਾ ਕਹਿਣਾ ਕਿ ਸਰਪੰਚਾਂ ਦੀਆਂ ਤਨਖਾਹਾਂ ਨਹੀਂ ਹੈਗੀਆਂ, ਕਦੀ ਰੋਸ ਨਹੀਂ ਕੀਤਾ ਤੁਸੀਂ ਇਸ ਚੀਜ਼? ਰੋਸ ਤਾਂ ਹੀ ਕਰਦੇ ਹਾਂ, ਲੇਕਿਨ ਜਦ ਸੁਣਾਈ ਨਹੀਂ ਕਿਸੇ ਪਾਸੇ ਹੁੰਦੀ ਤਾਂ ਫਿਰ ਕੀ ਕਰ ਸਕਦੇ? ਅੱਛਾ, ਸਰਪੰਚ ਨੂੰ ਸੁਣਵਾਈ ਵੀ ਹੈ ਨਹੀਂ ਕਿ ਕਿਤੇ, ਪਿਛਲੇ ਸਾਲ ਵੀ ਪਿਛਲੇ 5 ਸਾਲ ਵੀ ਕਿਸੇ ਨੂੰ ਸਰਪੰਚ ਨੂੰ ਤਨਖਾਹ ਨਹੀਂ ਮਿਲੀ, ਇਸ 5 ਸਾਲ ਦੇ ਵਿੱਚ ਵੀ ਕਿਸੇ ਸਰਪੰਚ ਨੂੰ ਤਨਖਾਹ ਨਹੀਂ ਮਿਲੀ, ਹਾਲਾਂਕਿ ਚੌਂਕੀਦਾਰ ਨੂੰ ਪੈਸੇ ਮਿਲਦੇ, ਲੰਬੜਦਾਰ ਨੂੰ ਪੈਸੇ ਮਿਲਦੇ, ਸਰਪੰਚ ਨੂੰ ਪੈਸਾ ਨਹੀਂ ਮਿਲਦਾ, ਉਹਦਾ ਰੂਮੀਨੇਸ਼ਨ ਨਹੀਂ ਹੈਗਾ ਉਹਦਾ। ਤੁਹਾਡੇ MLA ਸਾਹਿਬ ਕੀ ਕਹਿੰਦੇ? MLA ਸਾਹਿਬ ਨਾਲ ਗੱਲ ਕੀਤੀ ਸੀਗੀ, ਕਹਿੰਦੇ ਉੱਪਰ ਉੱਪਰ ਚੱਲਦਾ ਮਸਲਾ, ਜਿਹੜੇ ਕਰ ਦਿਆਂਗੇ ਹੱਲ। ਓਕੇ ਓਕੇ ਓਕੇ, ਮੈਂ ਤੁਹਾਨੂੰ ਕੀ ਲੱਗਦਾ ਆ ਕਿ ਅਗਰ ਸਰਕਾਰਾਂ ਦੇ ਮਾਇੰਡ ਦੇ ਵਿੱਚ ਇਹ ਚੀਜ਼ਾਂ ਆਉਣ ਤਾਂ ਇਹ ਹੱਲ ਹੋ ਸਕਦਾ? ਹਾਂ, ਹੱਲ ਤਾਂ ਹੋਣਾ ਚਾਹੀਦਾ ਹੈਗਾ, ਅਸੀਂ ਤਾਂ ਕਹਿੰਦੇ ਹੋਣਾ ਚਾਹੀਦਾ, ਸਰਪੰਚ ਨੂੰ ਤਾਂ ਜ਼ਰੂਰੀ ਚਾਹੀਦਾ ਹੈਗਾ, ਮਾਣ ਭੱਤਾ ਜ਼ਰੂਰ ਚਾਹੀਦਾ ਹੈਗਾ। ਤੁਹਾਡੇ ਅਕੋਰਡਿੰਗ ਕਿੰਨਾ ਕੁ ਹੋਣਾ ਚਾਹੀਦਾ? ਦੇਖੋ ਜੀ, ਘੱਟੋ ਘੱਟ 10,000 ਰੁਪਈਆ ਤਨਖਾਹ ਜਿਹੜੀ ਆ ਮੰਥਲੀ ਸਰਪੰਚ ਦੀ ਹੋਣੀ ਚਾਹੀਦੀ, ਜਾ ਕੇ ਉਹਦਾ ਮਾੜਾ ਮੋਟਾ ਜਿਹੜਾ ਗੁਜ਼ਾਰਾ ਹੈ, ਦੂਜਾ ਕੁਝ ਖਰਚੇ ਵੀ ਐਸੇ ਹੋ ਜਾਂਦੇ ਆ ਜਿਹੜੇ ਉਹਦੇ ਵਿੱਚ ਐਡਜਸਟ ਹੋ ਸਕਦੇ ਹੈਗੇ। ਮੈਂ ਤੁਹਾਨੂੰ ਲੱਗਦਾ ਕਿ 10,000 ਦੇ ਵਿੱਚ ਸੈਟਿਸਫਾਈਡ ਹੋ ਸਕਦੇ ਆ? ਹੋ ਸਕਦੇ ਆ, ਮਤਲਬ ਇੱਕ ਰੁਜ਼ਗਾਰ ਮਿਲ ਸਕਦਾ ਵਾ ਸਰਪੰਚਾਂ ਨੂੰ, ਰੁਜ਼ਗਾਰ ਮਿਲ ਸਕਦਾ। ਅੱਛਾ ਸਰਪੰਚ ਸਾਹਿਬ, ਬਹੁਤ ਸਾਰੇ ਪਿੰਡਾਂ 'ਚ ਸੁਣਨ ਨੂੰ ਮਿਲਦਾ ਵਾ ਸਰਪੰਚਾਂ ਕੋਲੋਂ, ਆਈ ਆਪਣੇ ਕੋਲ 50,000 ਲਾਤਾ, 1,00,000 ਲਾਤਾ, 2,00,000 ਲਾਤਾ, ਇਹ ਸੋਚ ਕੇ ਲਾਉਂਦੇ ਪੈਸੇ ਵਾਪਸ ਆ ਜਾਣੇ ਆ ਲਾਗੇ ਲਾਗੇ? ਸੋਚੀ ਦਾ ਤਾਂ ਇਹੀ ਹੈ ਕਿ ਵਾਪਸ ਆ ਜਾਣਗੇ, ਵਾਪਸ ਆ ਜਾਣਗੇ, ਲੇਕਿਨ ਵਾਪਸ ਆ ਨਹੀਂ ਰਹੇ। ਤੁਸੀਂ ਲਾਏ ਕਦੀ? ਮੈਂ ਆਪਣੇ ਕੋਲ ਲਾਏ ਹੋ। ਕਿੰਨੇ ਲਾਏ ਹੋਏ ਹੁਣ? ਮੈਂ 70,000 ਰੁਪਈਆ ਲਾ ਚੁੱਕਾ। ਕੀ ਉਮੀਦ ਤੁਹਾਨੂੰ? ਮੈਨੂੰ ਉਮੀਦ ਤਾਂ ਹੈਗੀ ਹੈ ਮਿਲੂਗਾ, ਲੇਕਿਨ ਇਹ ਵੇਲੇ ਉਹ ਬੀਜ ਜਾਂਦੇ। 6 ਮਹੀਨੇ ਰਹਿ ਗਏ ਤੁਹਾਡੇ ਤੋਂ? ਕਿੰਨੇ ਟਾਈਮ ਲਾਏ ਸੀ ਕਿਤੇ? ਮੈਨੂੰ 2 ਸਾਲ ਹੋ ਗਏ ਲਾ ਕੇ। 2 ਸਾਲ ਹੋ ਗਏ, ਤੁਹਾਨੂੰ ਉਮੀਦ ਹੈਗੀ? ਜਿਹੜੇ ਪੈਸੇ ਮੈਂ ਖਰਚੇ ਹੋ, ਗਰੰਟਾਂ ਵਿੱਚੋਂ ਖਰਚੇ ਹੋ, ਆ ਮਿਸਤਰੀਆਂ ਦੇ ਪੈਸੇ ਹੋ ਗਏ, ਲੇਬਰ ਦੇ ਪੈਸੇ ਹੋ ਗਏ, ਦੇਣੇ ਪੈਂਦੇ ਆ,
ਹੁਣ ਕੋਈ ਵੀ ਮਿਸਤਰੀ ਆ ਉਹ ਤੁਹਾਨੂੰ ਪਤਾ ਪੇਮੈਂਟ ਲੈ ਕੇ ਹੀ ਹਿਲਦਾ ਹੈਗਾ ਜੀ, ਉਹ ਉਹਨੂੰ ਨਗਦ ਦੇਣੇ ਪੈਂਦੇ ਆ, ਕੋਈ ਮਿਸਤਰੀ ਕੰਮ ਕਰਨ ਨੂੰ ਤਿਆਰ ਨਹੀਂ ਉੱਦਾਂ ਜੇ ਸਰਕਾਰ ਦੇ ਪੈਸੇ ਪੈਣ ਤਾਂ। ਸੈਕਟਰੀ ਸਾਹਿਬ ਦਾ ਤੁਹਾਡੇ ਨਾਲ ਕਿੱਦਾਂ ਦਾ ਬਤੀਰਾ? ਠੀਕ ਹੈ, ਠੀਕ ਆ, ਵਧੀਆ। ਬਹੁਤ ਸਾਰੇ ਪਿੰਡਾਂ ਵਿੱਚ ਸੁਣਨ ਮਿਲਦਾ ਕਿ ਸੈਕਟਰੀ ਸਾਹਿਬ ਬਹੁਤ ਤੰਗ ਕਰਦੇ ਹਨ। ਸੈਕਟਰੀ ਤੰਗ ਤਾਂ ਕਰਦੇ ਆ, ਲੇਕਿਨ ਇਹ ਆ ਵੀ ਚਲੋ ਕੋਪਰੇਟਿਵ ਨੇਚਰ ਨਾਲ ਤੁਰਿਓ ਆ, ਬੱਚਾ ਨਿਕਲ ਜਾਊਗਾ। ਅੱਛਾ, ਸਮਾਂ ਕੰਮ ਹੋ ਜਾਂਦੇ ਆ, ਕੰਮ ਹੋ ਜਾਂਦੇ ਆ, ਤੰਗ ਜ਼ਰੂਰ ਕਰਦੇ, ਤੰਗ ਜ਼ਰੂਰ ਕਰਦੇ। ਅੱਛਾ, ਅਤੇ ਵੀਡੀਓ ਸਾਹਿਬ? ਵੀਡੀਓ ਸਾਹਿਬ ਦਾ ਨੇਚਰ ਠੀਕ ਆ ਜੀ, ਨੇਚਰ ਵਧੀਆ। ਅਤੇ ਆਪਣੇ ਜੇਈ ਸਾਹਿਬ? ਜੇਈ ਸਾਹਿਬ ਵੀ ਠੀਕ ਆ। ਜਦੋਂ ਜਾਂਦੇ ਤੁਹਾਡੀ ਗੱਲ ਸੁਣਦੇ ਆ? ਸੁਣਦੇ ਆ। ਆਧਾਰ ਤੇ ਸੁਣਦੇ ਆ ਜਾਂ ਉਹਨਾਂ ਦਾ ਵੇਟ ਕਰਾਉਂਦੇ ਆ? ਵੇਟ ਵੀ ਕਰਾਉਣੀ ਪੈਂਦੀ ਆ, ਕਿਸੇ ਵੇਲੇ ਜਿੱਦਾਂ ਵੀ ਕਰਾਉਣੀ ਪੈਂਦੀ ਆ। ਉਦਾਂ ਤੁਸੀਂ ਖੁਸ਼ ਹੋ ਪਿੰਡ ਦੀ ਜਨਤਾ ਤੋਂ? ਪਿੰਡ ਦੀ ਜਨਤਾ ਤੋਂ ਦੇਖਣ ਵਾਲੀ ਗੱਲ ਹੈ ਵੀ ਨਹੀਂ, ਮੇਰਾ ਮਨ ਨਹੀਂ ਖੁਸ਼ ਹੈਗਾ, ਚੱਕ ਹੋ ਗਿਆ, ਚੱਕ ਹੋ ਗਿਆ, ਕਿਉਂਕਿ ਪਿੰਡ ਦੇ ਲੋਕ ਜਿਹੜੇ ਆ ਖਰਾਬ ਕਰਦੇ ਆ। ਅਤੇ ਕੀ ਕਹਿਣਾ ਚਾਹੁੰਦੇ ਆ ਪਿੰਡ ਦੀ ਜਨਤਾ ਨੂੰ ਲਾਸਟ ਵਿੱਚ? ਮੈਂ ਇਹ ਲਾਸਟ ਜਨਤਾ ਨੂੰ ਕਹਿਣਾ ਚਾਹੁੰਦਾ, ਕੋਪਰੇਟਿਵ ਨੇਚਰ ਨਾਲ ਤੁਰਨਾ ਚਾਹੀਦਾ। ਸਰਬਸੰਮਤੀ ਨਾਲ ਜੇ ਤੁਸੀਂ ਸਰਪੰਚ ਬਣਾਇਆ ਹੈਗਾ ਤਾਂ ਉਹਦੀ ਗੱਲ ਸੁਣਨੀ ਚਾਹੀਦੀ ਹੈਗੀ, ਕੋਪਰੇਟਿਵ ਨੇਚਰ ਨਾਲ ਤੁਰਨਾ ਚਾਹੀਦਾ। ਲੇਕਿਨ ਇਸ ਵੇਲੇ ਜਿਹੜੀ ਪੋਜੀਸ਼ਨ ਹੈਗੀ ਆ, ਪਿੰਡ ਦੇ ਲੋਕ ਨਹੀਂ ਕੋਪਰੇਟਿਵ ਨੇਚਰ ਨਾਲ ਤੁਰਦੇ ਹੈਗੇ। ਜਿਹੜੇ ਪਿੰਡ ਦੇ ਨਸ਼ਾ ਕਰਦੇ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ? ਸੁਝਾਅ ਦੇਣਾ, ਮੈਂ ਨਸ਼ਾ ਛੱਡ ਦੇਣਾ, ਨਸ਼ੇ ਦੇ ਵਿੱਚ ਕੁਛ ਨਹੀਂ ਰੱਖਿਆ ਹੈਗਾ, ਨਸ਼ੇ ਦਾ ਘਰ ਉਜਾੜਦੇ ਆ, ਇਸ ਕਰਕੇ ਮੈਂ ਤਾਂ ਸੁਝਾਅ ਇਹ ਦੇਣਾ ਚਾਹੁੰਦਾ। ਕਿਸ ਤਰ੍ਹਾਂ ਆਪਣੇ ਆਪ ਨੂੰ ਬਿਜ਼ੀ ਰੱਖਣਾ? ਇਸ ਤਰ੍ਹਾਂ ਇਹ ਆ ਵੀ ਘਰ ਦਾ ਕੰਮ ਕਰਨ, ਦਿਹਾੜੀ ਟੱਪਾ ਕਰਨ, ਜਾਂ ਕੋਈ ਆਪਣਾ ਬਿਜ਼ਨਸ ਕਰਨ, ਤਾਂ ਕਿ ਉਹ ਉਹਨਾਂ ਨੂੰ ਜਿਹੜਾ ਨਸ਼ੇ ਵਾਲੇ ਪਾਸੇ ਜਿਹੜੀ ਆਦਤ ਉਹ ਨਾ ਪਵੇ। ਠੀਕ ਹੈ, ਸ਼ੁਕਰੀਆ ਸਰ, ਤੁਹਾਡਾ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸਰ, ਆਪਣੇ ਕੀਮਤੀ ਵਿਚਾਰ ਦੇਣ ਲਈ ਅਤੇ ਕੀਮਤੀ ਟਾਈਮ ਦੇਣ ਵਾਸਤੇ। ਠੀਕ ਹੈ ਸਰ, ਬਹੁਤ ਬਹੁਤ ਥੈਂਕ ਯੂ ਸਰ।